ਹਾਂਜੀ ਅਸਲਾਮੁਆਲੇਕਮ ਨਾਜ਼ਰੀਨ ਕੀ ਹਾਲ ਚਾਲ ਹੈ ਠੀਕ ਹੋ ਮੀਂ ਦਾ ਠੀਕ ਹੋਵੋਗੇ ਹੁਣ ਅਸੀਂ ਚੱਲੇ ਆ ਜੀ ਸ਼ੋਪਿੰਗ ਕਰਨ ਤੇ ਇਹ ਖੈਰ ਨਾ ਜਾਨੇਬ ਹੈ ਉਹਨਾਂ ਦੇ ਰਾਹ ਤੋਂ ਮਾਸ਼ਾਅੱਲਾ ਜੀ ਪਿੰਡਾਂ ਦੀ ਖੂਬਸੂਰਤੀ ਚੈੱਕ ਕਰੋ ਜੀ ਵਿਊ ਚੈੱਕ ਕਰੋ ਜੀ ਐ ਸਾਈਂਆਂ ਦੇ ਮਰੇ ਹੋਏ ਨੇ ਸਕੀਨ ਤੇ ਸਕੀਨ ਵਿੱਚ ਚੱਲ ਸਕਦੀ ਜਿੰਦਗੀ ਚ ਲੋ ਜੀ ਇੱਥੇ ਸਾਡਾ ਪ੍ਰੋਗਰਾਮ ਵਧਣ ਲੱਗਾ ਸੀਗਾ ਹਾਂਜੀ ਦਾ ਸ਼ੁਕਰ ਅਲਹੁਦੁਲਾ ਬਚ ਗਏ ਆ ਜੀ ਅੱਜ ਦਾ ਇਹ ਸਾਡਾ ਵਲੌਗ ਹੈ ਜੀ ਸ਼ੋਪਿੰਗ ਲਈ ਹੈ ਠੀਕ ਹੈ ਸ਼ੋਪਿੰਗ ਕਰਨ ਜਾ ਰਹੇ ਹਾਂ ਅਸੀਂ ਤੇ ਅਗੋਈ ਤੇ ਜਾ ਰਹੇ ਨੇ ਬਿਲਕੁਲ ਤੁਹਾਨੂੰ ਹੀ ਪਤਾ ਹੈ ਜੀ ਇਹਦੀ ਸ਼ਾਪਿੰਗ ਕਰਨੀ ਹੈ ਤੇ ਬਸ ਜਾ ਰਹੇ ਹੈ ਜੀ ਜ਼ੈਤ ਤੇ ਮੈਂ ਤੇ ਅੱਗੇ ਇੱਕ ਦੋਸਤ ਹੈਗਾ ਉਹਨੂੰ ਵੀ ਰਿਸਿਵ ਕਰਨਾ ਹੈ ਲੋ ਜੀ ਇੱਕ ਹੋਰ ਗੱਲ ਹੈ ਸਰਦੀ ਹੋਵੇ ਜਾਂ ਗਰਮੀ ਹੋਵੇ ਕ੍ਰਿਕਟ ਵਾਲਿਆਂ ਦਾ ਕੀੜਾ ਨਹੀਂ ਮਰਦਾ ਇਹਨਾਂ ਨੂੰ ਭਾਵੇਂ ਸਰਦੀ ਹੋਵੇ ਜਾਂ ਗਰਮੀ ਹੋਵੇ ਨਾ ਖੇਲਨੇ ਖੇਲਣਾ ਠੀਕ ਹੈ ਜੀ ਹੋਰ ਘਰਵਨ ਨੂੰ ਕਹਿ ਦੋ ਨਾ ਦਹੀਂ ਲੈ ਕੇ ਆਓ ਓਹ ਹੋ ਹੋ ਬਹੁਤ ਗਰਮੀ ਹੈ ਜੀ ਬਹੁਤ ਗਰਮੀ ਹੈ ਲੋ ਜੀ ਅਸੀਂ ਕਾਨੇਵਲ ਨੂੰ ਆ ਗਏ ਪਾਈਨ ਬਸਟਾਪ ਤੇ ਠੀਕ ਹੈ ਜੀ ਐਸ ਸਕਤੇ ਹੀ ਬਹੁਤ ਯਾਦਾਂ ਨੇ ਸਾਡੀਆਂ ਠੀਕ ਹੈ ਜੀ ਇਹ ਡਵਲਪਰ ਏਰੀਆ ਸਾਰਾ ਬਣ ਗਿਆ ਹੁਣ ਤੇ ਬਹੁਤ ਖ ਇੱਥੇ ਆਇਆ ਜੀ ਰਾਣਾ ਰਸ਼ਦ ਤੇ ਰੋਡ ਤੇ ਹੀ ਲਾਇਆ ਇੰਟੈਂਟ ਤੇ ਇਹਨਾਂ ਦੀ ਵਜ੍ਹਾ ਤੋਂ ਸਾਡਾ ਬੜਾ ਮੋਟਰਸਾਈਕਲ ਦਾ ਨੁਕਸਾਨ ਹੋ ਗਿਆ ਸਾਡਾ ਵਾਪਸ ਦੂੰਚੀ ਟੁੱਟ ਗਈ ਜੀ ਰੋਡ ਕਰਾਸਿੰਗ ਕਰਨਾ ਸੀ ਠੀਕ ਹੈ ਰੋਡ ਸਾਰਾ ਬੰਦੇਗਾ ਸੀ ਤੇ ਇਹਨਾਂ ਨੂੰ ਆਪਣੀ ਜਗ੍ਹਾ ਦੇਖਣੀ ਚਾਹੀਦੀ ਕਿਤਨਾ ਕਿਤੇ ਐ ਤੇ ਗਲਤ ਗੱਲ ਇਹਨਾਂ ਰੋਡ ਦੇ ਉੱਤੇ ਲਗਾ ਕੇ ਬੈਠ ਜਾਂਦੇ ਨੇ ਇੱਥੇ ਮਰਜ਼ੀ ਤੇ ਚਲੋ ਆਵਾਮੇ ਆਵਮ ਨੂੰ ਪਰੇਸ਼ਾਨ ਕਰਦੇ ਨੇ ਜੀ ਐ ਜੀ ਗੱਜੂ ਮੱਤੇ ਦਾ ਗੋਲ ਚੱਕਰ ਤੇ ਇੱਥੇ ਨਾਕਾ ਹੁੰਦਾ ਪੁਲਿਸ ਦਾ ਜਿੱਥੋਂ ਕਿ ਸਾਨੂੰ ਥੋੜਾ ਇਹ ਖਿਆਲ ਕਰਕੇ ਬਾਈਕ ਨੂੰ ਲੈ ਕੇ ਜਾਣਾ ਪੈਂਦਾ ਹੈ क्योंकि ट्रिपल सवारी है जी परेशान फिर चलो जी आ गए पेट्रोल पंप से चलो साहब पेट्रोल लगे ने खड़े हुए ने को चलो जी जही साहब पैसे दे दौ नहीं है चलो जी मर्जी जनाब ती तो फिर जया हॉस्पिटल लो जी जया हॉस्पिटल क्रॉस कर दुंगी तो लो जी चुंगी पहुंच गए जी इत असी करनी है जी शॉपिंग आई थी सारी शॉपिंग इतनी अभी करके जानी है ਤਾਰੀ ਦਾ ਵੀ ਟਾਈਮ ਹੋਣ ਵਾਲਾ ਹੈ ਤਕਰੀਬਨ 2 ਘੰਟੇ ਐਨ ਲੋਜੀ ਮੋਟਰਸਾਈਕਲ ਕਰਦੇ ਪੈਣ ਲੋਕ ਇੱਥੇ ਮੋਟਰਸਾਈਕਲ ਰੋਕਨੇ ਆ ਅੱਗੇ ਆ ਗਏ ਜੀ ਬਾਜ਼ਾਰ ਦੇ ਵਿੱਚ ਮੈਂ ਤੇ ਜ਼ੈਦ ਸਾਹਿਬ ਤੇ ਅਵੇਸ ਸਾਹਿਬ ਨੂੰ ਅਸੀਂ ਮੋਟਰਸਾਈਕਲ ਤੇ ਕੋਲੀ ਖਰਾੜਤਾ ਹੈ ਕਿਉਂਕਿ ਇਧਰ ਦਿਹਾਾਰੇ ਨੇ ਮੋਟਰਸਾਈਕਲ ਚੋਰੀ ਹੋ ਜਾਂਦਾ ਸਾਨੂੰ ਬਹੁਤ ਡਰੀ ਸਾਡਾ ਦਿਲ ਬਹੁਤ ਛੋਟਾ ਜਾਏ ਠੀਕ ਹੈ ਜੀ ਆ ਗਏ ਜੀ ਅੱਜ ਦਾ ਵਲੌਗ ਜਿਹੜਾ ਨਾ ਸਾਡਾ ਸ਼ਾਪਿੰਗ ਤੇ ਹੈ ਤੇ ਅਸੀਂ ਪਹਿਲੇ ਵਲੌਗ ਤੇ ਬਹੁਤ ਸ਼ਰਮਾ ਸ਼ਰਮੋ ਕੇ ਵਲੌਗ ਬਣਾ ਰਹੇ ਆ ਜਿੱਕੇ ਤੇ ਕੁੱਟਕਟਣਾ ਪੈ ਜੇ ਬੀਬੀਆਂ ਬੜੇ ਗੌਰ ਨਾਲ ਵੇਂਦੀਆਂ ਨੇ ਠੀਕ ਹੈ ਜ तो वीडियो नहीं बनाई है थोड़ा जा बस पहले पहले असट बलॉग इंशाल्लाह सारी डिटेल दया करा गए सारी डिटेल विखावा करा गए कि प्राइज है की नहीं गई बस उन्हें वापसी निकल रहे हैं हाँ जी तो हूँ वापस आ गए अस जी बाजार शाम हो गई है देख सकते हो तीन कि पहले रोशनी थ हूँ अंधेरा होने वाला है ठीक है अफ्तारी का टाइम है तो रोज़ा भी बहुत लगे हुआ सी हालत बहुत बुरी हो रही है जी तो बस अलमदुल्ला ठीक है जी शॉपिंग कुछ ज़्यादा नहीं की है पेंट कोट एक पसंद आया बस ओ लिया और कुछ चीज़ पसंद नहीं आई है बस नेक्स्ट टाइम फिर सुबह इंशाला आवागे तो अज तो बस फिर के ना रोजे का टाइम हो गया तो वापस चलें अपने दोस्त ने कहा जी बाइक कडो जी उन्हें बस इनशाला वापसी लो जी चुंगी का व्यू है मैं छोटी छोटी दुकाना लगा के बैठे हाँ जी तो जिमें चुंगी निकले जी एक बाजी टकर जी पिछे देखी जा मैं क्या बाजी भैन आगा मुँह कर की हो गए अस लो जी बाजी ने देगा मुँह कर लिया जी अगे जा के साथ आंटी टकरा हो गया जी लो जी मसा मसा बचे जी आंटी भी शुक्र अदा किया अल्लाह के अला पा के हिफाजत की जी हां जी ते ਨਾਲ ਹੀ इफ्तारी ਦਾ ਟਾਈਮ ਹੋ ਗਿਆ ਸਾਹਮਣੇ ਕੁਝ ਭਾਈ ਰੋਜ਼ਾ ਇफ्तारੀ ਕਰਵਾ ਰਹੇ ਸੀ ਜੀ ਅਸੀਂ ਵੀ ਬ੍ਰੇਕ ਲਈ ਉੱਥੇ ਫਿਰ ਰੋਜ਼ਾ ਇਫਤਾਰ ਕੀਤਾ ਤੇ ਮਾਸ਼ੱਲਾ ਚੋਲ ਬਹੁਤ ਹੀ ਪਲਾਉ ਮਜ਼ੇਦਾਂ ਬਣਿਆ ਹੋਇਆ ਸੀ हां जी ਤੇ ਅਸੀਂ ਫਿਰ ਖਾ ਪੀ ਕੇ ਤੋਂ ਸ਼ੁਕਰ ਅਲਹੁਦੁਲਲਾ ਕਰਕੇ ਤੇ ਜ ਆਪਣੇ ਸ਼ਹਿਰ ਨੂੰ ਆ ਗਏ ਜੀ ਕਾਨਾ ਪਹੁੰਚ ਗਏ ਤੇ ਕੁਝ ਸ਼ਾਪਿੰਗ ਹੋਣਾ ਸੀ ਇੱਥੇ ਕਰਨ ਲੱਗੇ ਸੀ ਅਸੀਂ ਕਿਹਾ ਜੀ ਇੱਥੋਂ ਕਰਨੇ ਆ ਲੇਕਿਨ ਫਿਰ ਵੀ ਅਸੀਂ ਇੱਥੇ ਵੀ ਫੇਰ ਫੁਰ ਕੇ ਤੇ ਘਰ ਨੂੰ ਵਾਪਸ ਆ ਗਏ ਲੋ ਜੀ ਖੱਜਲ ਖਵਾਰ ਹੋ ਕੇ ਇੱਥੇ ਵਲੌਗ ਦੇਣ